ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਪਸ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ ਅਤੇ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ ਯੂਟਿਊਬ ਚੈਨਲ ਵੀਰਪਾਲ ਕੌਰ ਰੂਟੀਨ 'ਤੇ. ਅਗਲੇ ਲੈ ਕੇ ਆਪਾਂ ਫਿਰ ਤੁਹਾਨੂੰ ਨਵੀਂ ਕਲੈਕਸ਼ਨ ਅਤੇ ਕੁਝ ਕੁ ਚੀਜ਼ਾਂ ਆਪਾਂ ਐਡ ਆਨ ਕੀਤੀਆਂ ਆਪਣੀ ਕਲੈਕਸ਼ਨ ਦੇ ਵਿੱਚ. ਹੋਪਫੁਲੀ ਤੁਹਾਨੂੰ ਪਸੰਦ ਆਈਆਂ ਹੋਣਗੀਆਂ, ਆਉਣਗੀਆਂ, ਸੋਰੀ ਪਸੰਦ ਆਉਣਗੀਆਂ, ਹੈ ਨਾ, ਕਿਉਂਕਿ ਹਜੇ ਤਾਂ ਮੈਂ ਤੁਹਾਨੂੰ ਕੁਝ ਦਿਖਾਇਆ ਹੀ ਨਹੀਂ. ਅਤੇ ਹੁਣ ਆਪਾਂ ਕਰਦੇ ਹਾਂ, ਬਾਹਲਾ ਟਾਈਮ ਨਾ ਬਰਬਾਦ ਕਰਦੇ ਤਾਂ ਆਪਾਂ ਕਰਦੇ ਹਾਂ ਸ਼ੁਰੂ. ਇੱਕ ਗੱਲ ਇੰਪੋਰਟੈਂਟ ਆ ਜਿਹੜੀ, ਉਹ ਮੈਂ ਤੁਹਾਨੂੰ ਦੱਸਣੀ ਜ਼ਰੂਰੀ ਸਮਝਦੀ ਹਾਂ, ਵੀ ਜਿਹੜੀ ਆਪਣੀ ਲਾਸਟ ਮੈਂ ਵਲੌਗ ਪਾਇਆ ਸੀਗਾ ਮਦਰਸ ਡੇ ਔਫਰ ਦਾ, ਹੈ ਨਾ, ਤੁਸੀਂ ਉਹ ਵਲੌਗ, ਜੇ ਉਹ ਵਲੌਗ ਦੇ ਜਿਹੜੇ ਸੂਟ ਆ ਤੁਸੀਂ ਉਹਨਾਂ 'ਚੋਂ ਔਡਰ ਕਰਦੇ ਹੋ, ਸਿਰਫ ਉਹਨਾਂ 'ਤੇ ਹੀ ਔਫਰ ਆ. ਆਹ ਉਹ ਸੂਟਾਂ 'ਤੇ ਕੋਈ ਔਫਰ ਨਹੀਂ, ਠੀਕ ਹੈ. ਇਹ ਜਿੰਨਾ ਮੈਂ ਪ੍ਰਾਈਜ਼ ਦੱਸੂੰਗੀ ਇੰਨੇ 'ਚ ਤੁਸੀਂ ਬਾਏ ਕਰਨੇ ਆ. ਅਤੇ ਹੁਣ ਜੀ, ਅਤੇ ਸਭ ਤੋਂ ਪਹਿਲਾ ਸੂਟ ਆ ਜਿਹੜਾ ਆਪਣਾ ਲੇਲਨ ਪਲੱਸ ਕੋਟਨ ਹੈ, ਹੈ ਨਾ, ਵੀ ਜ਼ਿਆਦਾ ਲੇਲਨ ਵੀ ਹੈਗੀ ਅਤੇ ਜ਼ਿਆਦਾ ਕੋਟਨ ਵੀ ਹੈਗੀ, ਮਿਕਸ ਜਿਹਾ ਸਟੱਫ ਆ. ਮਜੈਂਟਾ ਕਲਰ ਦਾ ਦੂਸਰਾ ਪੀਸ ਹੈ ਇਹਦੇ 'ਚ, ਵਾਈਨ ਸ਼ੇਡ ਦਿਖਦਾ, ਇਹ ਵਾਈਨ ਨਹੀਂ ਹੈਗਾ, ਮਜੈਂਟਾ ਆ. ਅੱਛਾ, ਅਤੇ ਇਹਦੇ 'ਚ ਕ੍ਰੀਮ ਕਲਰ ਦੇ ਹੈਗੇ ਜਿਹੜੇ ਫਲਾਰ ਆ. ਇਹ ਸੂਟ ਦਾ ਪ੍ਰਾਈਜ਼ ਹੈਗਾ 1000. ਇਹਦੇ ਨਾਲ ਦੇ ਆਪਣੇ ਕੋਲ ਦੋ ਸੂਟ ਆ, ਤੁਸੀਂ ਦੋ ਸੇਮ ਵੀ ਔਡਰ ਕਰ ਸਕਦੇ ਹੋ, ਇੱਕ ਇੱਕ ਵੀ ਔਡਰ ਕਰ ਸਕਦੇ ਹੋ, ਇਹ ਤੁਹਾਡੀ ਚੋਇਸ ਆ ਵੀ ਤੁਸੀਂ ਇੱਕ ਔਡਰ ਕਰਨਾ ਕਿ ਦੋ ਔਡਰ ਕਰਨੇ, ਠੀਕ ਆ. ਉਸ ਤੋਂ ਬਾਅਦ ਤੁਸੀਂ ਕਿਹਾ ਸੀ ਵੀ ਥੋੜ੍ਹੇ ਜਿਹੇ ਲਾਈਟ ਕਲਰ ਦੇ ਸੂਟ ਲੈ ਕੇ ਆਓ, ਹੈ ਨਾ. ਇਹ ਅਮਰਿੰਦਰ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ, ਕਿਉਂਕਿ ਇਹ ਰੈਡੀ ਹੋਏ ਬਹੁਤ ਜ਼ਿਆਦਾ ਵਧੀਆ ਲੱਗਦੇ ਆ, ਹੈ ਨਾ. ਸਭ ਤੋਂ ਪਹਿਲਾ ਸੂਟ ਹੈਗਾ ਆਪਣਾ ਕੋਟਨ ਦਾ, ਇਹਦਾ ਪ੍ਰਾਈਜ਼ ਹੈਗਾ 1000. ਅਮਰਿੰਦਰ ਕੋਲੋਂ ਦਿਖਾ ਦੇ, ਤੁਸੀਂ ਇਸ ਕਲਰ ਦੀ ਲੈਸ ਲਵਾ ਕੇ ਅਤੇ ਟਾਈ ਐਂਡ ਟਾਈ ਦੁਪੱਟਾ ਕਰਾ ਕੇ ਤੂੰ ਵਧੀਆ ਰੈਡੀ ਕਰਾ ਸਕਦੇ ਹੋ, ਹੈ ਨਾ. ਅਤੇ ਇਹ ਆਪਣੇ ਕੋਲ ਦੋ ਪੀਸ ਆ, ਜਲਦੀ 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 ਲਓ ਸਕਰੀਨਸ਼ਾਟ ਅਤੇ ਮੈਨੂੰ ਸੈਂਡ ਕਰੋ ਅਤੇ ਆਪਣਾ ਆਰਡਰ ਪਲੇਸ ਕਰੋ. ਉਸ ਤੋਂ ਬਾਅਦ ਥਰਡ ਸੂਟ ਆਪਣਾ ਹੈਗਾ ਇਹ ਹੈਗਾ ਰਸਟ ਕਲਰ ਹੀ ਆ ਸਕਦੇ ਹੁਣ, ਇੱਟ ਰੰਗ ਬਰਾਊਨ ਜਿਹਾ ਸ਼ੇਡ ਆ. ਹਾਂ, ਇੱਟ ਰੰਗ ਬਰਾਊਨ ਜਿਹਾ ਸ਼ੇਡ ਆ. ਅਤੇ ਇਹ ਹੈਗਾ ਆਪਣਾ ਕੋਟਨ ਦਾ ਸੂਟ ਆ, ਇਹਦਾ ਪ੍ਰਾਈਜ਼ ਵੀ ਹੈਗਾ 1000, ਠੀਕ ਹੈ. ਉਸ ਤੋਂ ਬਾਅਦ ਆ ਗਿਆ ਆਪਣਾ ਇਹਨੂੰ ਮਸਟਰਡ ਵੀ, ਜ਼ਿਆਦਾ ਮਸਟਰਡ ਵੀ ਨਹੀਂ ਕਹਿ ਸਕਦੇ, ਠੀਕ ਜਿਹਾ ਕਲਰ ਆ, ਮਸਟਰਡ ਬਰਾਊਨ ਜਿਹਾ. ਹਾਂ, ਮਸਟਰਡ ਬਰਾਊਨ ਜਿਹਾ ਕਲਰ ਆ. ਆਹ ਇਹਦੀ ਹੈਗੀ ਬੋਟਮ ਮੈਚਿੰਗ, ਅਤੇ ਆਹ ਹੈਗੀ ਇਹਦੀ ਸ਼ਰਟ. ਕਈ ਵੀ ਥੋੜ੍ਹੀ ਬਰੀਕ ਪ੍ਰਿੰਟ ਜਿਵੇਂ ਨਿੱਕੀ ਬੂਟੀ ਕੱਟ ਪਸੰਦ ਕਰਦੇ ਹੋ ਮੈਂ. ਹਾਂ, ਉਹਨਾਂ ਲਈ ਹੈ ਇਹ ਸੂਟ. ਅਤੇ ਇਹ ਪ੍ਰਾਈਜ਼, ਸੂਟ ਦਾ ਪ੍ਰਾਈਜ਼ ਹੈਗਾ 1000. ਉਸ ਤੋਂ ਬਾਅਦ ਨੈਕਸਟ ਜਦੋਂ ਆਪਾਂ ਨਾ ਇੱਕ ਲਾਈਟ ਕਲਰ ਦਾ ਸੂਟ ਲੈ ਕੇ ਜਿੰਦਰ ਹੋਏ ਗਏ ਪੀਸ ਸੀ ਆਪਣੇ ਕੋਲ, ਹੈ ਨਾ, ਉਹਦੀ ਸੇਲ ਹੋ ਗਈ ਸੀਗੇ, ਤਾਂ ਕਰਕੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਫਿਰ ਮੈਂ ਇੱਕ ਸੂਟ ਆਪ ਮੰਗਾਇਆ. ਮੱਦੇਨਜ਼ਰ ਆਪਾਂ ਸਾਰਿਆਂ ਨੂੰ ਰੱਖਦੇ ਹਾਂ. ਕੋਟਨ ਦਾ ਸੂਟ ਆ, ਠੀਕ ਹੈ, ਅਤੇ ਵੱਡੇ ਬਣੇ ਦਾ ਸੂਟ ਆ, 3.5 ਮੀਟਰ, ਤੁਹਾਨੂੰ ਪਤਾ ਵੀ ਹੁੰਦਾ, ਹੈ ਨਾ. ਅਤੇ ਇਹਦਾ ਪ੍ਰਾਈਜ਼ ਰਹੂਗਾ, ਮੈਨੂੰ ਐਂ ਲੱਗਦਾ ਵੀ ਹੁਣ ਬਹੁਤ ਘੱਟ ਆ ਜਿਹੜੇ ਵੀ ਉਹ 5 ਮੀਟਰ ਵਾਲੇ ਸੂਟ. ਮੈਂ ਵੀ ਇਹ ਸੋਚਦੀ ਹੁੰਦੀ ਹਾਂ ਵੀ 5 ਮੀਟਰ ਵਾਲੇ ਤਾਂ ਬਹੁਤ ਰੇਅਰ ਆਉਂਦੇ ਆ, ਹੁਣ ਵੱਡੇ ਬਣੇ ਦੇ ਸੂਟ ਹੀ ਆਉਂਦੇ ਜਿਹੜੇ 3.5 ਮੀਟਰ ਦੇ ਬਣ ਜਾਂਦੇ ਆ. ਅਤੇ ਉਸ ਤੋਂ ਬਾਅਦ ਹੈਗਾ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਆ, ਬੇਬੀ ਪਿੰਕ ਕਲਰ ਅਤੇ ਸਕਾਈ ਬਲੂ ਜਿਹਾ ਕਲਰ ਆ ਇਹਦੇ 'ਚ. ਕੋਟਨ ਦਾ ਸੂਟ ਆ, ਫੁੱਲ ਆਲ ਓਵਰ ਸੂਟ ਆ. ਇਹਦਾ ਪ੍ਰਾਈਜ਼ ਰਹੂਗਾ 1000, ਠੀਕ ਹੈ. ਉਸ ਤੋਂ ਬਾਅਦ ਆਪਣੇ ਕੋਲ ਆਹ ਸੂਟ ਅੰਦਰ, ਇਹਦੇ 'ਚ 3 ਕਲਰ ਆ. ਕਿੱਧਰ ਗਏ? ਇੱਕ ਤਾਂ ਵੱਡੇ ਅੰਮੀ ਨੇ ਲੈ ਲਿਆ, ਸੋਰੀ, ਇੱਕ ਤਾਂ ਵੱਡੇ ਅੰਮੀ ਨੇ ਲੈ ਲਿਆ, ਇੱਕ ਮੈਂ ਕਿਸੇ ਨੂੰ ਭੇਜਣਾ ਸੀਗਾ ਉਹ ਭੇਜਤਾ, ਅਤੇ ਇੱਕ ਇੱਕ ਕਲਰ ਲੈ ਗਿਆ ਮੇਰੇ ਕੋਲ. ਲਓ ਜੀ, ਕੋਟਨ ਦਾ ਸੂਟ ਆ, ਆਲ ਓਵਰ ਸੂਟ ਆ. ਇਹਦਾ ਪ੍ਰਾਈਜ਼ ਵੀ ਰਹੂਗਾ 1000. ਉਸ ਤੋਂ ਬਾਅਦ ਆਪਾਂ ਸ਼ੁਰੂ ਕਰੀਏ ਚਿਕਨ ਦੀ ਬੋਟਮ ਨਾਲ. ਆਹ ਹੈਗੀ ਚਿਕਨ ਦੀ ਬੋਟਮ ਆ, ਬਰਾਊਨ ਕਲਰ ਦੀ. ਆਈ ਥਿੰਕ ਆਹ ਫਸਟ ਕਲਰ ਹੀ ਲੈ ਕੇ ਆਈ ਹਾਂ ਮੈਂ, ਹੈ ਨਾ, ਬਰਾਊਨ ਸ਼ੇਡ ਆ ਇਹਦੀ. ਆਹ ਹੈਗੀ ਹੈ ਸ਼ਰਟ ਕੋਟਨ ਦੀ. ਲਓ ਜਲਦੀ ਜਲਦੀ ਸਕਰੀਨਸ਼ਾਟ ਅਤੇ ਮੈਨੂੰ ਸੈਂਡ ਕਰੋ. ਤੁਹਾਨੂੰ ਪਤਾ ਵੀ ਹਮੇਸ਼ਾ ਹੀ ਤਰ੍ਹਾਂ ਜਿਹੜਾ ਆਪਣਾ ਚਿਕਨ ਬੋਟਮ ਨਾਲ ਪ੍ਰਾਈਜ਼ ਹੈ 1150.
ਠੀਕ ਹੈ ਤੇ ਜਲਦੀ ਸੇਲ ਵੀ ਹੋ ਜਾਂਦੇ ਹੁੰਦੇ ਆ, ਬਾਲੀ ਜਲਦੀ ਸੇਲ ਹੁੰਦੇ ਆ। ਜਦੋਂ ਮੈਂ ਵਲੌਗ ਪਾਉਣੀ ਹੁੰਦੀ ਆ ਨਾ, ਕਈ ਕਈ ਸੂਟ ਦਾ ਜਿਵੇਂ ਮੈਂ ਪਿਛਲੀ ਵਾਰੀ ਨਹੀਂ ਹੋ ਜਾਣਾ ਅੰਦਰ, ਇੱਕ ਦਿਨ ਪਤਾ ਨਹੀਂ ਕਿੰਨੇ ਵੀਰਪਾਲ ਸੈਕਿੰਡ ਹੋਏ ਸੀਗੇ ਵਲੌਗ ਅਪਲੋਡ ਨੂੰ, ਕੁਛ ਕੁ ਸੈਕਿੰਡ ਹੀ ਹੋਏ ਸੀਗੇ ਹਜੇ, ਤੇ ਭੈਣ ਨੇ ਸੂਟ ਆਰਡਰ ਸਕਰੀਨਸ਼ਾਟ ਮਾਰ ਕੇ ਬੁੱਕ ਵੀ ਕਰ ਲਿਆ ਸੀ, ਬੁੱਕ ਵੀ ਕਰ ਲਿਆ ਸੀ। ਤੇ ਉਹਨਾਂ ਨੂੰ ਜਦੋਂ ਬਸ ਉਹਨਾਂ ਨੇ ਨਾਮ ਸੁਣਿਆ, ਉਹਨਾਂ ਨੇ ਮੈਨੂੰ ਐਡਰੈਸ ਲਿਖਿਆ, ਮੈਂ ਉਹਨਾਂ ਨੂੰ ਸ਼ਿਪਿੰਗ ਚਾਰਜ ਦੱਸ ਤੇ ਦੋ ਦਾ ਉਹਨਾਂ ਨੇ ਸਕਰੀਨਸ਼ਾਟ ਲੈ ਲਿਆ ਕਿ ਹੋਰ ਨਾ ਲੈ ਲੈ ਸੂਟ। ਹਾਂ ਸੈਕਿੰਡਸ ਹੀ ਹੋਏ ਸੀ ਹਜੇ ਕੁਛ ਕੀ, ਮਿੰਟ ਤਾਂ ਹੋਏ ਨਹੀਂ ਸੀ। ਆਏਗੀ ਆਪਣੀ ਆਫ ਵਾਈਟ ਕਲਰ ਦੀ ਚਿਕਨ ਦੀ ਬੋਟਮ, ਤੇ ਆ ਹੈਗੀ ਔਰੇਂਜ ਕਲਰ ਦੀ ਸ਼ਰਟ। ਤੇ ਮੈਨੂੰ ਪਤਾ ਵੀ ਇਹ ਸ਼ਰਟ ਦਾ ਜਦੋਂ ਕਿਸੇ ਨੇ ਵਲੌਗ ਮਤਲਬ ਦੇਖਣਾ ਨਾ, ਇਹ ਪਰ ਸਭ ਤੋਂ ਪਹਿਲਾਂ ਆਰਡਰ ਹੋਣਾ। ਤੇ ਮੈਂ ਉਦੋਂ ਵੀ ਕਿਹਾ ਸੀ ਨਾ, ਉਹ ਸੂਟ ਦਾ ਜਿਹੜਾ ਮਿਕਸ ਜਿਹਾ ਸੀਗਾ ਸਾਰੇ ਰੰਗਾਂ ਜਿਹਾ ਸੀਗਾ, ਮੈਂ ਕਿਹਾ ਫਸਟ ਦੇ ਆਰਡਰ ਆਊਗਾ, ਉਹੀ ਗੱਲ ਹੋਈ ਉਹਦਾ ਫਸਟ ਦੇ ਆਰਡਰ ਆਇਆ ਸੀ ਤੇ ਉਹਦੀ ਸੇਲ ਹੋ ਗਈ। ਲਓ ਜੀ ਆਹ ਸੂਟ ਦਾ ਪ੍ਰਾਈਸ ਹੈਗਾ 1150। ਉਸ ਤੋਂ ਬਾਅਦ ਆਹੀ ਬੋਟਮ, ਨਹੀਂ ਸੋਰੀ ਉਹ ਤਾਂ ਆਫ ਵਾਈਟ ਆ, ਆਹ ਵਾਈਟ ਬੋਟਮ ਉਹਦਾ ਨੀੜੇ ਅੰਕਾਂ ਦੀ, ਠੀਕ ਹੈ। ਇਹਦੇ ਨਾਲ ਆਪਣੀ ਹੈਗੀ ਆਹ ਕੋਟਨ ਦੀ ਸ਼ਰਟ। ਲਓ ਜੀ ਲਓ ਸਕਰੀਨਸ਼ਾਟ ਤੇ ਮੈਨੂੰ ਭੇਜੋ, ਇਹਦਾ ਪ੍ਰਾਈਸ ਵੀ ਹੈਗਾ 1150। ਲਾਸਟ ਟਾਈਮ ਹੀ ਆਪਾਂ ਆਹ ਵਾਲੀ ਕਲਰ ਦੀ ਸ਼ਰਟ ਲੈ ਕੇ ਆਏ ਸੀਗੇ, ਤੇ ਉਹ ਫਸਟ ਟਾਈਮ ਫਸਟ ਮਤਲਬ ਜਦੋਂ ਕਿਸੇ ਨੇ ਵਲੌਗ ਦੇਖਿਆ ਸੀ ਉਹਦੀ ਸੇਲ ਹੋ ਗਈ ਸੀਗੀ। ਇਸ ਵਾਰ ਫਿਰ ਲੈ ਕੇ ਆਏ ਹਾਂ, ਇਹਦੇ ਨਾਲ ਵੀ ਹੈਗੀ ਵਾਈਟ ਕਲਰ ਦੀ ਬੋਟਮ, ਥੋੜ੍ਹਾ ਜਿਹਾ ਡਿਜ਼ਾਈਨ ਚੇਂਜ ਆ, ਅਤੇ ਗ੍ਰੀਨ ਕਲਰ ਦੀ ਹੈਗੀ ਸ਼ਰਟ। ਇਹਦਾ ਪ੍ਰਾਈਸ ਵੀ ਰਹੂਗਾ 1150। ਹਾਂਜੀ ਅਤੇ ਇਹ ਸੂਟ ਦਾ ਪ੍ਰਾਈਸ ਵੀ ਰਹੂਗਾ 1150। ਅਤੇ ਨੈਕਸਟ ਫਿਰ ਲੈ ਕੇ ਆਏ ਹਾਂ ਆਪਾਂ, ਸਾਰੇ ਜਣੇ ਕਹੋਗੇ ਵਾਈਟ ਬੋਟਮ ਵਾਲਾ ਕਿਉਂ ਲੈ ਕੇ ਆਏ, ਕਿਉਂਕਿ ਇਹਦੀ ਸਭ ਤੋਂ ਵੱਧ ਡਿਮਾਂਡ ਆ ਚਿਕਨ ਦੀਆਂ ਬੋਟਮਾਂ ਦੀ, ਤਾਂ ਕਰਕੇ ਆਪਾਂ ਇਹਨਾਂ ਨਾਲ ਹੀ ਲੈ ਕੇ ਆਏ ਹਾਂ। ਇਹਦੀ ਬਲੂ ਕਲਰ ਦੀ ਹੈਗੀ ਸ਼ਰਟ। ਲਓ ਜਲਦੀ ਜਲਦੀ ਸਕਰੀਨਸ਼ਾਟ ਤੇ ਮੈਨੂੰ ਸੈਂਡ ਕਰੋ, ਅਤੇ ਇਹ ਸੂਟ ਦਾ ਪ੍ਰਾਈਸ ਵੀ ਰਹੂਗਾ 1150। ਭਲਾ ਜਿਹੜੀ ਖੁੱਲਦੀ ਹੁੰਦੀ ਹੈ ਤਾਂ ਇਹ ਆਪਦੇ ਪਾਸੇ ਕਰ ਲਿਆ ਕਰੋ, ਉੱਡ ਜਾਂਦੀ ਹੈ। ਅੱਛਾ ਠੀਕ ਹੈ, ਆਵਲ ਕੀ ਕਰਿਆ ਕਰਾਂ। ਲਓ ਜੀ ਲਓ ਸਕਰੀਨਸ਼ਾਟ ਜਲਦੀ ਜਲਦੀ। ਹਾਂਜੀ ਅਤੇ ਨੈਕਸਟ ਤੁਹਾਡੇ ਲਈ ਲੈ ਕੇ ਆਏ ਆਪਾਂ ਕਰਸ਼ ਕੋਟਨ ਦੇ ਸੂਟ। ਪਹਿਲਾਂ ਆਪਾਂ ਕੋਟਨ ਦੇ ਲੇਲਨ ਦੇ ਸੂਟ ਲੈ ਕੇ ਆਉਂਦੇ ਹੁੰਦੇ ਸੀ ਹੈ ਨਾ, ਅਤੇ ਇੱਕ ਆਪਾਂ ਬਰੋਸੋ ਲੈ ਕੇ ਆਏ ਸੀਗੇ, ਅਤੇ ਹੁਣ ਆਪਾਂ ਨਵਾਂ ਲੈ ਕੇ ਆਏ ਹਾਂ ਕਰਸ਼ ਕੋਟਨ। ਅਤੇ ਆਹ ਇਹਦਾ ਸੂਟ ਆ, ਮਤਲਬ ਆਲ ਓਵਰ ਸੂਟ ਆ, ਤੁਸੀਂ ਇਹਦੇ ਵਰਕ ਵੀ ਕਰਵਾ ਸਕਦੇ ਹੋ, ਲੈਸ ਲਵਾ ਕੇ ਡਿਜ਼ਾਇਨ ਵੀ ਕਰਵਾ ਸਕਦੇ ਹੋ, ਜਿੱਦਾਂ ਮਰਜ਼ੀ ਰੈਡੀ ਕਰਵਾ ਸਕਦੇ ਹੋ। ਅਤੇ ਇਹ ਸੂਟ ਦਾ ਪ੍ਰਾਈਸ ਹੈਗਾ 1000। ਇਹਦੇ 'ਚ ਆਪਣੇ ਕੋਲ ਦੋ ਕਲਰ ਆ, ਜਲਦੀ ਜਲਦੀ ਜਾਓ ਅਤੇ ਆਪਣਾ ਔਡਰ ਪਲੇਸ ਕਰੋ। ਇਹ ਗਰਮੀਆਂ ਵਾਲਾ ਸਟੱਫ ਆ, ਇਹਦੇ 'ਚ ਇੱਕ ਆਹ ਕਲਰ ਆ। ਇਹ ਸੂਟ ਦਾ ਪ੍ਰਾਈਸ ਵੀ ਹੈਗਾ 1000। ਜਦੋਂ ਤੁਸੀਂ ਸਕਰੀਨਸ਼ਾਟ ਲੈ ਲਿਆ ਤਾਂ ਦਵਾ ਦਵਾ ਮੈਨੂੰ ਸੈਂਡ ਕਰ ਦਿਓ, ਜਿਨ੍ਹਾਂ ਜਿਨ੍ਹਾਂ ਨੇ ਬੁੱਕ ਕਰ ਲਿਆ। ਠੀਕ ਹੈ, ਹੁਣ ਹੋਵੇ ਤੁਹਾਡੇ ਤੋਂ ਪਹਿਲਾਂ ਕੋਈ ਹੋਰ ਕਰ ਲਿਆ, ਹੋਰ ਕਰ ਲਿਆ ਵੀ ਫਿਰ ਤੁਸੀਂ ਮੈਨੂੰ ਕਿਉਂ ਹੋਣਾ। ਦੀਦੀ ਮੈਂ ਲੈਣਾ ਸੀ, ਮੈਂ ਲੈਣਾ ਸੀ, ਆਹੀ ਹੋਇਆ। ਜਿਹੜੀ ਰੈੱਡ ਸ਼ਰਟ ਸੀ ਉਹ ਇੱਕ ਹੀ ਸ਼ਰਟ ਰਹਿੰਦੀ ਸੀ ਹੈ ਨਾ, ਮੈਂ ਕਿਹਾ ਸੀ ਮੈਂ ਕਿਹਾ ਜਲਦੀ ਜਲਦੀ ਬੁੱਕ ਕਰ ਲਓ, ਕੀ ਪਤਾ ਮੈਨੂੰ ਵਲੌਗ ਤੋਂ ਪਹਿਲਾਂ ਹੀ ਸੇਲ ਕਰ ਦਿਆ। ਵਲੌਗ ਤੋਂ ਪਹਿਲਾਂ ਹੀ ਜਦੋਂ ਲਾਸਟ ਵਲੌਗ 'ਚ ਦਿਖਾਇਆ ਸੀ ਕਿਸੇ ਸਕਰੀਨਸ਼ਾਟ ਆ ਕੇ ਮੈਂ ਉਹ ਕਰਤਾ, ਘੱਟੋ ਘੱਟ 10 ਭੈਣਾਂ ਦੇ ਮੈਸੇਜ ਆਏ ਕਹਿੰਦੇ ਆਹ ਸ਼ਰਟ ਲੈਣੀ ਸੀਗੀ। ਤਾਂ ਕਰਕੇ ਜਦੋਂ ਵਲੌਗ ਦੇਖਦੇ ਹੁੰਦੇ ਹੋ, ਆਹ ਹੈਗੀ ਹੈ ਚਿਕਨ ਦੀ ਬੋਟਮ ਨਾਲ ਸੀ ਗ੍ਰੀਨ ਕਲਰ, ਸੀ ਗ੍ਰੀਨ ਅਤੇ ਆਹ ਕਰਸ਼ ਕੋਟਨ ਦੀ ਸ਼ਰਟ, ਇਹ ਮੈਚਿੰਗ ਲੈ ਕੇ। ਅਤੇ ਇਹਦੇ 'ਚ ਆਪਣੇ ਕੋਲ ਦੋ ਸੂਟ ਆ, ਅਤੇ ਇਹਦਾ ਪ੍ਰਾਈਸ ਹੈਗਾ 1150। ਠੀਕ ਹੈ, ਅਤੇ ਹੁਣ ਤੁਹਾਨੂੰ ਸਾਰੇ ਸੂਟਾਂ ਦੀ ਇਨਫੋਰਮੇਸ਼ਨ ਤਾਂ ਮਿਲ ਹੀ ਗਈ, ਅਤੇ ਜਲਦੀ ਜਲਦੀ ਜਾਓ ਅਤੇ ਆਪਣਾ ਔਡਰ ਪਲੇਸ ਕਰੋ। ਜਿਹਨਾਂ ਜਿਹਨਾਂ ਨੂੰ ਕੋਈ ਵੀ ਮਤਲਬ ਪ੍ਰਾਈਸ ਦਾ ਨਹੀਂ ਪਤਾ ਜਾਂ ਕੋਈ ਵੀ ਕੁਐਰੀ ਆ, ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ DM ਕਰ ਸਕਦੇ ਹੋ, ਅਤੇ ਆਪਦੀ ਕੁਐਰੀ ਨੂੰ ਸੋਲਵ ਕਰਵਾ ਸਕਦੇ ਹੋ ਮੇਰੇ ਤੋਂ। ਸੋਲਵ ਤਾਂ ਬਸ ਆਹੀ ਹੁੰਦਾ ਵੀ ਪ੍ਰਾਈਸ ਕਿਵੇਂ ਆ, ਕਿੰਨਾ ਗਾ, ਜੇ ਤੁਸੀਂ ਵੀ ਮਤਲਬ ਹੋਰ ਕੱਪੜੇ ਦੀ ਡਿਮਾਂਡ ਆ, ਮਤਲਬ ਇੱਕ ਚਨੌਨ ਦੇ ਸੂਟ ਆ ਉਹ ਵੀ ਦੇਖੇ ਸੀ ਅਸੀਂ, ਬਹੁਤ ਸੋਹਣੇ ਹੈਗੇ, ਜੇ ਉਹ ਪਸੰਦ ਆ ਤਾਂ ਉਹ ਮਤਲਬ ਜੇ ਤੁਸੀਂ ਕਹਿੰਦੇ ਹੋ ਵੀ ਇਹਨਾਂ ਤੋਂ ਹਟ ਕੇ ਅਸੀਂ ਹੋਰ ਸਟੱਫ ਲੈ ਕੇ ਆਏ ਤਾਂ ਜ਼ਰੂਰ ਕਮੈਂਟ ਕਰਿਓ, ਆਪਾਂ ਜ਼ਰੂਰ ਲੈ ਕੇ ਆਵਾਂਗੇ ਹੈ ਨਾ।
ਕਾਟਨ ਵੀ ਆਉਂਦੀ ਰਹੂਗੀ, ਮਤਲਬ ਉਹ ਥੋੜੇ ਆਪਾਂ ਪੀਸ ਲਿਆ ਕਰਾਂਗੇ ਵਿੱਚੋਂ ਸਿਲੈਕਟ ਕਰਕੇ। ਹਾਂ ਜਿਵੇਂ ਹੁਣ ਆਪਾਂ ਆਮ ਦਾ ਸਿਲੈਕਟ ਕਰਕੇ ਲਿਆਂਦੇ, ਬਰੋਸੋ ਦੇ ਪ੍ਰਿੰਟ ਸਿਲੈਕਟ ਕਰਕੇ ਲਿਆਂਦੇ, ਬਾਕੀ ਕਾਟਨ ਤਾਂ ਉਵੇਂ ਹੀ ਆਉਂਦੀ ਰਹੂਗੀ ਕਿਉਂਕਿ ਤੁਹਾਨੂੰ ਪਤਾ ਵੀ ਹੁਣ ਕਾਟਨ ਵਾਲਾ ਸੀਜ਼ਨ ਆ, ਜੂਨ ਦੀਆਂ ਛੁੱਟੀਆਂ ਵੀ ਆਉਣ ਵਾਲੀਆਂ, ਭੂਆ ਵੀ ਆਪਦੇ ਪੇਕੀ ਆਉਣ ਵਾਲੀਆਂ, ਕੁੜੀਆਂ ਮਤਲਬ ਆਪਦੇ ਪੇਕੀ ਆਉਣ ਵਾਲੀਆਂ, ਸਾਰਿਆਂ ਨੂੰ ਸੂਟਾਂ ਦੀ ਤਾਂ ਬਹੁਤ ਜ਼ਿਆਦਾ ਹੈ ਨਾ ਇੱਛਾ ਹੁੰਦੀ ਹੈ। ਇਹ ਆਪਾਂ ਲੈ ਕੇ ਆਉਂਦੇ ਰਹਾਂਗੇ, ਬਾਕੀ ਥੋੜ੍ਹਾ ਜਿਹਾ ਸਟਾਫ ਆਪਾਂ ਹੈ ਨਾ ਬਦਲ ਵੀ ਲਿਆਇਆ ਕਰਾਂਗੇ, ਤਾਂ ਕਰਕੇ ਅੱਜ ਜਿਹੜੇ ਆਪਣੇ ਕੋਲ ਸੂਟ ਆਏ ਆ ਇਹ ਆਏ ਆ ਕ੍ਰਸ਼ ਕਾਟਨ 'ਚ, ਅਤੇ ਹੋਪਫੁਲੀ ਤੁਹਾਨੂੰ ਵਧੀਆ ਲੱਗੇ ਹੋਣਗੇ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਨਵੀਆਂ ਨਵੀਆਂ ਵੀਡੀਓਜ਼ ਦੇਖਣ ਲਈ ਬੈੱਲ ਆਈਕਨ ਨੂੰ ਕਰ ਲਓ ਪ੍ਰੈਸ। ਚਲਦਨ ਬਾਏ।